ਉਸ ਔਖੇ ਦੌਰ 'ਚ ਜਦੋਂ ਕੋਈ ਨੇੜੇ ਨਹੀਂ ਸੀ, ਘਰ ਵਾਲੀ ਨੇ ਬੜਾ ਸੰਭਾਲਿਆ, ਸੰਦੀਪ ਹੋਰੀ ਨਾਲ ਬੈਠੇ ਨੇ, ਸੰਦੀਪ ਕੌਰ ਖਾਲਸਾ ਹੋਰੀ, ਕਿੱਡਾ ਅਹਿਮ ਸੀਗਾ ਲੋਕਾਂ ਦਾ ਨਜ਼ਰੀਆ ਜਿਹੜੇ 15 ਸਾਲ ਤੁਹਾਡੇ ਵਿਆਹ ਨੂੰ ਤਕਰੀਬਨ ਹੋ ਗਏ ਨੇ, ਉਹ ਵੀ ਦੌਰ ਦੇਖਿਆ ਤੁਸੀਂ ਜਦੋਂ ਰੋਟੀ ਦੇ ਵੀ ਲਾਲੇ ਸੀਗੇ, ਖੇਤਾਂ 'ਚ ਤੁਸੀਂ ਰਹਿੰਦੇ ਸੀਗੇ ਔਰ ਤੁਸੀਂ ਨਾਲ ਰਹਿੰਦੇ ਤੁਸੀਂ ਰਹਿੰਦੇ ਸੀਗੇ, ਤਾਂ ਫਿਰ ਜਦੋਂ ਸੰਭਾਲਿਆ ਸਾਰੀ ਸਿਚੁਏਸ਼ਨ ਸੰਭਾਲੀ, ਅੱਜ ਲੋਕਾਂ ਦਾ ਨਜ਼ਰੀਆ ਅੱਜ ਲੋਕਾਂ ਨੇ ਹੱਥਾਂ 'ਤੇ ਚੱਕ ਲਿਆ, ਹੁਣ ਦੁਨੀਆ ਦਾ ਨਜ਼ਰੀਆ ਜਿਹੜਾ ਉਹ ਬਦਲਿਆ ਨਜ਼ਰ ਆ ਰਿਹਾ। ਇਹਦੇ ਵਿੱਚ ਇਹ ਕਾਰਨ ਹੈ ਕਿ ਜੇ ਸਾਨੂੰ ਫੋਨ ਨੇ ਇਸ ਯੋਗ ਸਮਝਿਆ ਹੈ ਹਨਾ ਕਿ ਅਸੀਂ ਉਹਨਾਂ ਦੀ ਸੇਵਾ ਕਰ ਸਕਦੇ ਹਾਂ, ਤੇ ਜਿਸ ਤਰ੍ਹਾਂ ਮੇਰੇ ਮਦਰ ਸੀਗੇ ਬੀਬੀ ਬਿਮਲ ਕੌਰ ਖਾਲਸਾ, ਉਹਨਾਂ ਨੇ ਕੌਮ ਦਾ ਫਰਜ਼ ਨਿਭਾਇਆ ਹਨਾ, ਸੇਵਾ ਦਾ ਫਰਜ਼ ਨਿਭਾਇਆ, ਸ਼ਹੀਦ ਭਾਈ ਬੇਅੰਤ ਸਿੰਘ ਉਹਨਾਂ ਨੇ ਕੀਤਾ ਹੈ, ਤੇ ਕੌਮ ਵੀ ਸਾਡੇ ਤੋਂ ਆਸ ਰੱਖਦੀ ਹੈ ਕਿ ਅਸੀਂ ਵੀ ਉਦਾਂ ਦੀ ਉਹਨਾਂ ਦੀ ਸੇਵਾ ਦੇ ਵਿੱਚ ਹਰ ਟਾਈਮ ਹਾਜ਼ਰ ਹੋਈਏ ਤੇ ਅਸੀਂ ਹਰ ਟਾਈਮ ਹਾਜ਼ਰ ਵੀ ਰਵਾਂਗੇ ਉਹਨਾਂ ਲਈ। ਸਾਹਿਬਜੀਤ ਹੋਰਾਂ ਦੀ ਸਭ ਤੋਂ ਚੰਗੀ ਗੱਲ ਕਿਹੜੀ ਲੱਗਦੀ ਹੈ ਔਰ ਸਭ ਤੋਂ ਮਾੜੀ ਗੱਲ ਕਿਹੜੀ ਲੱਗਦੀ ਹੈ? ਕਿ ਕਦੇ ਝੂਠ ਨਹੀਂ ਬੋਲਦੇ, ਹਾਂਜੀ, ਤੇ ਨਾ ਹੀ ਕਿਸੇ ਨਾਲ ਕਹਿ ਲਓ ਅੱਜ ਤੱਕ ਜਿੱਦਾਂ ਮੇਰੇ 15 ਸਾਲ ਹੋਏ ਵਿਆਹ ਨੂੰ, ਅੱਜ ਤੱਕ ਮੈਂ ਕਿਸੇ ਨੇ ਦੇਖਿਆ ਕਿ ਕਿਸੇ ਨਾਲ ਕੋਈ ਇੱਕ ਪੈਸੇ ਦੀ ਵੀ ਹੇਰ ਫੇਰ ਦਿੱਤੀ। ਮਾੜੀ ਗੱਲ ਕਿਹੜੀ ਲੱਗਦੀ? ਘਰ 'ਚ ਅਮੂਮਨ ਕਈ ਵਾਰ ਘਰ ਵਾਲੀ ਨਾਰਾਜ਼ ਵੀ ਹੋ ਜਾਂਦੀ ਹੈ ਕਿ ਆਹ ਚੀਜ਼ ਤੁਹਾਡੀ ਚੰਗੀ ਨਹੀਂ ਹੈ, ਤੁਸੀਂ ਘਰ 'ਚ ਆਹ ਚੀਜ਼ਾਂ ਨਹੀਂ ਚੰਗੀਆਂ ਕਰਦੇ, ਕਿਹੜੀ ਚੀਜ਼ ਮਾੜੀ ਵੀ ਲੱਗਦੀ? ਬੜੀ ਅਹਿਮ ਵੱਡੀ ਜ਼ਿੰਮੇਵਾਰੀ ਹੈ ਫਰੀਦਕੋਟ ਦੀ, ਤੁਸੀਂ ਕਵਰਿੰਗ ਕੈਂਡੀਡੇਟ ਵੀ ਸੀਗੇ ਫਰੀਦਕੋਟ, ਤੁਸੀਂ ਹਲਕੇ ਚ ਹੁਣ ਘੁੰਮ ਰਹੇ ਹੋ, ਨਾਲ ਜੇ ਲੋਕਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਕਿ ਆਹ ਸ਼ਿਕਾਇਤ ਹੈ ਜਾਂ ਆਹ ਨਾਰਾਜ਼ਗੀ ਹੈ, ਕਈ ਵਾਰ ਮੈਮੋਰੈਂਡਮ ਕਿਸਾਨ ਜਥੇਬੰਦੀਆਂ ਵੀ ਦਿੰਦੀਆਂ ਨੇ, ਉਹ ਤੁਸੀਂ ਲੈਂਦੇ ਹੋ, ਦੱਸਦੇ ਹੋ ਕਿ ਆਹ ਚੀਜ਼ਾਂ ਠੀਕ ਕਰੋ ਜਾਂ ਚੀਜ਼ਾਂ ਕਰੋ? ਹਾਂਜੀ ਸਰ, ਜਿੱਦਾਂ ਮੈਂ ਪਿੱਛੇ ਸਾਰੇ ਆਪਣੇ ਕਿਸਾਨਾਂ ਦੇ ਧਰਨਾ ਲਾਇਆ ਸੀ, ਇਕੱਠੇ ਹੋ ਕੇ ਸਾਰੇ ਦਫ਼ਤਰ ਦੇ ਵਿੱਚ, ਅਤੇ ਅਸੀਂ ਉੱਥੇ ਮੰਗ ਪੱਤਰ ਲੈਣ ਵੀ ਗਏ ਸੀ, ਅਤੇ ਉੱਥੇ ਬਕਾਇਦਾ ਉਹਨਾਂ ਨੂੰ ਕਹਿ ਕੇ ਵੀ ਆਈ ਸੀ ਕਿ ਅਸੀਂ ਤੁਹਾਡੇ ਨਾਲ ਅਤੇ ਤੁਹਾਡੀ ਗੱਲ ਜ਼ਰੂਰ ਕਰਾਂਗੇ, ਅਤੇ ਫਿਰ ਮੈਂ ਖਾਲਸਾ ਜੀ ਨੂੰ ਆ ਕੇ ਉਹ ਪੇਪਰ ਵੀ ਆਂਟੀ ਨੇ ਉਹਨਾਂ ਨੇ ਸੰਭਲਦਾ ਰੱਖੀਆ ਸੀ, ਉਹ ਇਹਨਾਂ ਨੇ ਦਿੱਤੀਆਂ ਸੀਗੀਆਂ, ਅਤੇ ਇਹਨਾਂ ਨੇ ਸਾਰੀਆਂ ਪੜ੍ਹ ਕੇ, ਅਤੇ ਹੁਣ ਜਦੋਂ ਮੌਕਾ ਦੇਣਗੇ ਸਾਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਦਾ, ਅਤੇ ਜ਼ਰੂਰ ਅਸੀਂ ਮੰਗਾਂ ਰੱਖਾਂਗੇ ਉਹਨਾਂ ਦੀਆਂ, ਅਤੇ ਮਜ਼ਦੂਰਾਂ ਦੀਆਂ ਵੀ ਰੱਖਾਂਗੇ, ਬੰਦੀ ਸਿੰਘਾਂ ਦੀ ਵੀ ਰੱਖਾਂਗੇ, ਅਤੇ ਜਿਹੜਾ ਗੁਰਬਾਰਾਂ ਦੀ ਗੇਂਦ ਵੀ ਹੋਈ ਆ ਉਹਦੇ ਲਈ ਵੀ ਅਸੀਂ ਬੋਲਾਂਗੇ, ਸਾਨੂੰ ਬੋਲਣ ਦਾ ਅਸੀਂ ਚਾਹੁੰਦੇ ਹਾਂ ਕਿ ਇੱਕ ਵਾਰ ਲਾਤਾ ਦਿੱਤਾ ਜਾਵੇ ਪਾਰਲੀਮੈਂਟ ਦੇ ਵਿੱਚ। ਤੁਸੀਂ ਕਿਉਂਕਿ ਕਵਰਿੰਗ ਕੈਂਡੀਡੇਟ ਸੀਗੇ, ਅੱਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਆਉਣੀਆਂ, SGPC ਚੋਣਾਂ ਵੀ ਆਉਣੀਆਂ, ਤੁਹਾਡਾ ਇੰਟਰਸਟ ਹੈ ਕਿ ਤੁਸੀਂ ਵੀ ਐਕਟਿਵ ਸਿਆਸਤ 'ਚ ਆਓ? ਫਿਲਹਾਲ ਤਾਂ ਮੇਰਾ ਇਹ ਹੈ ਕਿ ਮੈਂ ਬੱਚਿਆਂ ਨੂੰ ਦੇਖਾਂ, ਮੇਰਾ ਇੱਦਾਂ ਦਾ ਹੈ ਨਹੀਂ, ਬਾਕੀ ਜੋ ਦਿਸਾਂ ਦਾ ਸਮਾਂ ਹੋਏਗਾ ਉਦੋਂ ਦੇਖਾਂ। ਲੜਨਗੇ, ਮਨ ਹੈ ਕਿ ਵੀ ਇਲੈਕਸ਼ਨ ਲੜਨ, ਕਿਉਂਕਿ ਜਿਹੜਾ ਮਾਲਵਾ ਹੈ ਨਾ, ਮਾਲਵੇ 'ਚ ਤਾਂ ਹਰਸਿਮਰਤ ਬਾਦਲ ਜਿਹੜੇ ਨੇ ਜਾਣੇ ਜਾਂਦੇ ਨੇ, ਰਜਿੰਦਰ ਕੌਰ ਭੱਟਲ ਜਾਣੇ ਜਾਂਦੇ ਨੇ, ਜਾਂ ਫਿਰ ਪ੍ਰਨੀਤ ਕੌਰ ਜਾਣੇ ਜਾਂਦੇ ਨੇ, ਸਿਆਸਤ 'ਚ ਤੁਹਾਨੂੰ ਲੱਗਦਾ ਹੈ ਕਿ ਸੰਦੀਪ ਕੌਰ ਵੀ ਉਸ ਤਰੀਕੇ ਦਾ ਪਰਫੋਰਮ ਕਰ ਸਕਦੇ ਆ ਵਿਧਾਨ ਸਭਾ ਦੀਆਂ ਚੋਣਾਂ, SGPC ਚੋਣਾਂ, ਜਾਂ ਪਰਿਵਾਰ 'ਚ ਇੱਕ ਹੀ ਮੈਂਬਰ ਸਿਆਸਤ ਚਾਹੀਦੇ? ਲੋਕ ਮੇਰੇ ਨਾਲੋਂ ਵੱਧ ਇਹਨਾਂ ਨੂੰ ਚਾਹੁੰਦੇ ਆ, ਤੇ ਇਹ ਮੈਨੂੰ ਵੀ ਕਹਿ ਦਿੰਦੇ ਜੀ ਤੁਸੀਂ ਨਾ ਆਇਆ ਕਰੋ, ਬੀਬੀ ਜੀ ਨੂੰ ਭੇਜ ਦਿਆ ਕਰੋ, ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਹੈ, ਤੇ ਲੋਕ ਹਾਲੇ ਮੈਂ ਨਹੀਂ ਕਹਿੰਦਾ, ਤੇ ਕਹਿੰਦੇ ਆ ਸਾਰੇ ਕਹਿ ਰਹੇ ਆ ਜੀ ਇਹਨਾਂ ਨੂੰ MLA ਦਾ ਇਲੈਕਸ਼ਨ ਉਰੇ ਤੁਸੀਂ ਲੜਾਓ, MLA ਅਸੀਂ ਬਣਾ ਦਾਂਗੇ, ਅਤੇ ਮੈਂ ਤਾਂ ਇਹਨਾਂ ਨੂੰ ਕਿਹਾ ਮਰਜ਼ੀ ਆ ਤੁਹਾਡੀ, ਜੇ ਤੁਸੀਂ ਐਕਟਿਵ 'ਚ ਆਉਣਾ ਹੈ ਜੀ ਸਿਆਸਤ 'ਚ ਤਾਂ ਤੁਹਾਡੀ ਮਰਜ਼ੀ ਹੈ, ਮੈਂ ਤਾਂ ਕਦੇ ਨਹੀਂ ਰੋਕਦਾ ਜੀ। ਜਦੋਂ ਤੁਸੀਂ ਮੱਥਾ ਲਾ ਰਹੇ ਹੋ ਖਾਸ ਤੌਰ 'ਤੇ ਬਾਦਲਾਂ ਨਾਲ, ਉੱਥੇ ਹਰਸਿਮਰਤ ਬਾਦਲ ਨੇ ਔਰ ਕਹਿੰਦੇ ਵਾਈਫ ਦਾ ਬੜਾ ਤਗੜਾ ਰੋਲ ਰਹਿੰਦਾ, ਰਾਜਾ ਵੜਿੰਗ ਦੀ ਘਰ ਵਾਲੀ ਅਸੀਂ ਦੇਖਦੇ ਹਾਂ ਪਾਰਲੀਮੈਂਟ 'ਚ ਬਹੁਤ ਐਕਟਿਵ ਨੇ, ਅੰਮ੍ਰਿਤਾ ਵੜਿੰਗ, ਪਰਨੀਤ ਕੌਰ ਖੁਦ ਮੈਂਬਰ ਪਾਰਲੀਮੈਂਟ ਨੇ। ਹਾਂਜੀ ਠੀਕ ਹੈ ਜੀ,
ਪ੍ਰਨੀਤ ਕੌਰ ਤਾਂ ਹਾਰ ਕੇ ਜੀ ਨਹੀਂ ਖੁਦ ਮੈਂਬਰ ਪਾਰਲੀਮੈਂਟ ਰਹੇ ਆ ਰਹੇ ਆ ਨਹੀਂ ਮਰਜ਼ੀ ਆ ਮੈਂ ਇਹਨਾਂ ਨੂੰ ਕਹੀ ਜਾਂਦਾ ਜੀ ਅਤੇ ਵੈਸੇ ਕਹਿੰਦੇ ਸੀ ਵੀ ਸ਼ਾਇਦ ਮੈਂ ਲੜੂੰਗੀ ਪਹਿਲਾਂ ਇਹਨਾਂ ਨੂੰ ਐਸ ਜੀ ਪੀ ਸੀ ਦਾ ਲੜਾਵਾਂਗੇ ਇਲੈਕਸ਼ਨ ਅਤੇ ਉਸ ਤੋਂ ਬਾਅਦ ਫਿਰ ਐਮ ਐਲ ਏ ਦਾ ਜੀ ਕਹਿਣਗੇ ਤਾਂ ਲੜਾ ਦਾਂ ਜੀ ਕਰਦਾ ਤੁਹਾਡਾ ਜਿਵੇਂ ਮਿਸਿਜ ਹੁਣ ਤਾਂ ਐਮ ਪੀ ਹੋ ਤੁਸੀਂ ਖੁਦ ਐਮ ਪੀ ਬਣੋ ਜਾਂ ਤੁਸੀਂ ਐਮ ਐਲ ਏ ਬਣੋ ਜਿਵੇਂ ਭੱਠਲ ਹੋਰਾਂ ਦਾ ਇੱਕ ਟਾਈਮ ਨਾਮ ਰਿਹਾ ਜਾਂ ਹਰਸਿਮਰਤ ਬਾਦਲ ਹੋਰਾਂ ਦਾ ਮਾਲਵੇ ਦੀ ਧਰਤੀ ਦੇ ਨਾਮ ਹੈ ਤੁਸੀਂ ਵੀ ਉਸ ਤਰੀਕੇ ਦਾ ਸੰਦੀਪ ਕੌਰ ਹੋਰਾਂ ਦਾ ਵੀ ਨਾਮ ਹੋਵੇ ਦੇਖੋ ਮੈਨੂੰ ਨਾ ਜਿੱਦਾਂ ਕਹਿ ਲਓ ਸੋਸ਼ਲ ਵਰਕਿੰਗ ਦਾ ਬਹੁਤ ਸ਼ੌਂਕ ਲੈ ਕੇ ਮੇਰੇ ਨਾਮ ਦਾ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਅਤੇ ਜਿੱਥੇ ਤੱਕ ਵੀ ਮੇਰੀ ਹੋ ਸਕਦਾ ਕਿ ਮੈਂ ਪਹੁੰਚ ਕਰਾਂ ਨਾ ਤਾਂ ਫਿਰ ਜਿਹੜੇ ਮੇਰੇ ਜਿਹੜੇ ਬਿਲਕੁਲ ਹੀ ਉਹ ਨੇ ਹੈ ਨਾ ਅਤੇ ਮੈਂ ਚਾਹੁੰਦੀ ਹਾਂ ਕਿ ਉਹਨਾਂ ਦੇ ਲਈ ਸੇਵਾ ਜ਼ਰੂਰ ਕਰਾਂ ਅਤੇ ਮੈਂ ਜ਼ਰੂਰ ਉਹਨਾਂ ਲਈ ਕੁਛ ਨਾ ਕੁਛ ਕਰਨਾ ਚਾਹੁੰਦੀ ਹਾਂ ਠੀਕ ਹੈ